ਦਿੱਤਾ ਕਿ ਜਨਾਬੇ ਵਾਲਾ ਤੇਰੇ ਕੋਲੋਂ ਕਰਜ਼ਾ ਮੈਂ ਇਸ ਵਾਸਤੇ ਨਹੀਂ ਲੈਂਦਾ, ਤੂੰ ਯਹੂਦੀ ਹੈ ਮੁਸਲਮਾਨ ਨਹੀਂ, ਸਾਡੇ ਪੈਗੰਬਰ ਤੇ ਤੇਰਾ ਇਮਾਨ ਨਹੀਂ, ਕੱਲ ਨੂੰ ਤੂੰ ਸਾਡੇ ਨਬੀ ਨੂੰ ਤੰਗ ਕਰੇ ਜਾਂ ਸਾਨੂੰ ਤੰਗ ਕਰੇ ਕੋਈ ਨੁਕਸਾਨ ਪਹੁੰਚਾਵੇ। ਆਕਾ ਦੇ ਦੀਵਾਨੇ ਇਹੋ ਜਿਹੇ ਸਨ ਜਿਹਨਾਂ ਨੂੰ ਆਕਾ ਅਲੈਹਿ ਸਲਾਤੁ ਵਸਸਲਾਮ ਦੀ ਤਕਲੀਫ ਕਦੇ ਵੀ ਬਰਦਾਸ਼ਤ ਨਹੀਂ ਸੀ। ਇੱਕ ਸਹਾਬੀ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ ਰਾਤ ਦੇ ਵਕਤ ਇੰਤਕਾਲ ਹੋਣ ਲੱਗਾ, ਆਪਣੇ ਘਰ ਵਾਲਿਆਂ ਨੂੰ ਆਪਣੇ ਸਾਥੀਆਂ ਨੂੰ ਵਸੀਅਤ ਫਰਮਾਈ ਹੈ ਕਿ ਜਦੋਂ ਮੈਂ ਫੌਤ ਹੋ ਜਾਵਾਂ ਰਾਤ ਦਾ ਵੇਲਾ ਹੈ ਮੈਨੂੰ ਦਫ਼ਨ ਕਰ ਦੇਣਾ, ਜਨਾਜ਼ਾ ਪੜ੍ਹਾ ਦੇਣਾ, ਲੇਕਿਨ ਰਾਤ ਦੇ ਵਕਤ ਦੇ ਅੰਦਰ ਕਮਲੀ ਵਾਲੇ ਨੂੰ ਤਕਲੀਫ ਨਹੀਂ ਦੇਣੀ, ਕਮਲੀ ਵਾਲੇ ਨੂੰ ਜਨਾਜ਼ੇ ਵਾਸਤੇ ਨਹੀਂ ਬੁਲਾਉਣਾ। ਲਾਂ ਵਾਲਿਆਂ ਨੇ ਪੁੱਛਿਆ ਨਾਲ ਵਾਲੇ ਪੁੱਛਣ ਲੱਗੇ ਉਹ ਯਾਰਾ ਤਕਲੀਫ ਕਿਉਂ ਨਹੀਂ ਦੇਣੀ, ਹਜ਼ੂਰ ਅਲੈਹਿ ਸਲਾਤੁ ਵਸਸਲਾਮ ਨੂੰ ਤੇਰੇ ਜਨਾਜ਼ੇ ਦੇ ਅੰਦਰ ਕਿਉਂ ਨਹੀਂ ਬੁਲਾਉਣਾ। ਉਹ ਕਹਿਣ ਲੱਗਿਆ ਮੇਰੇ ਵਾਸਤੇ ਸਾਦਤ ਦੀ ਗੱਲ ਹੈ ਕਿ ਹਜ਼ੂਰ ਮੇਰਾ ਜਨਾਜ਼ਾ ਆ ਕੇ ਬੁਲਾਉਣ, ਹਜ਼ੂਰ ਆਪਣੇ ਹੱਥਾਂ ਨਾਲ ਮੈਨੂੰ ਕਬਰ ਦੇ ਅੰਦਰ ਸਾਰਨ, ਇਹ ਸਾਦਤ ਦੀ ਗੱਲ ਜ਼ਰੂਰ ਹੈ। ਲੇਕਿਨ ਆਕਾ ਅਲੈਹਿ ਸਲਾਤੁ ਵਸਸਲਾਮ ਜਦੋਂ ਰਾਤ ਵੇਲੇ ਦੇ ਅੰਦਰ ਮੇਰੇ ਜਨਾਜ਼ਾ ਪੜਾਣ ਤਸ਼ਰੀਫ ਲਿਆਉਣਗੇ, ਹਜ਼ੂਰ ਦੇ ਘਰ ਤੇ ਮੇਰੇ ਘਰ ਦੇ ਦਰਮਿਆਨ ਯਹੂਦੀਆਂ ਦੇ ਘਰ ਵਸਦੇ ਨੇ ਜਿਹੜੇ ਹਜ਼ੂਰ ਦੇ ਸੱਜਣ ਨਹੀਂ, ਹਜ਼ੂਰ ਦੇ ਵੈਰੀ ਤੇ ਦੁਸ਼ਮਣ ਨੇ। ਮੈਂ ਨਹੀਂ ਚਾਹੁੰਦਾ ਕਿ ਹਜ਼ੂਰ ਤਸ਼ਰੀਫ ਰਾਤ ਨੂੰ ਲਿਆਉਣ ਤੇ ਕੋਈ ਯਹੂਦੀ ਰਾਤ ਮੁੜ ਕੇ ਮੇਰੇ ਕਮਲੀ ਵਾਲੇ ਪੈਗੰਬਰ ਨੂੰ ਕੋਈ ਤਕਲੀਫ ਪਹੁੰਚਾ ਦੇਵੇ ਤੇ ਮੇਰੀ ਵਜ੍ਹਾ ਤੋਂ ਹਜ਼ੂਰ ਨੂੰ ਕੋਈ ਤਕਲੀਫ ਪਹੁੰਚ ਜਾਏ। ਇਸ ਵਾਸਤੇ ਮੈਂ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਅਰਜ਼ ਮੈਂ ਕਰ ਰਿਹਾ ਸਾਂ, ਹਜ਼ਰਤ ਬਿਲਾਲ ਨੇ ਉਸਨੂੰ ਜਵਾਬ ਦਿੱਤਾ। ਯਹੂਦੀ ਕਹਿਣ ਲੱਗਾ ਨਹੀਂ ਨਹੀਂ ਬਿਲਾਲ, ਤੇਰੀ ਸੋਚ ਆਪਣੀ ਜਗ੍ਹਾ ਤੇ, ਲੇਕਿਨ ਮੈਂ ਇਮਾਨਦਾਰ ਤੇ ਇਨਸਾਫ਼ ਰੱਖਣ ਵਾਲਾ ਬੰਦਾ ਹਾਂ, ਮੈਂ ਯਹੂਦੀ ਜ਼ਰੂਰ ਹਾਂ, ਲੇਕਿਨ ਕਿਸੇ ਨੂੰ ਤਕਲੀਫ ਦੇਣਾ ਮੇਰਾ ਜ਼ੇਨ ਨਹੀਂ, ਮੇਰਾ ਖਿਆਲ ਨਹੀਂ। ਇਸ ਵਾਸਤੇ ਤੂੰ ਕਰਜ਼ਾ ਮੇਰੇ ਕੋਲੋਂ ਲੈ ਲਿਆ ਕਰ, ਮੈਂ ਤੇਰੇ ਨਾਲ ਅੱਛਾ ਮਾਮਲਾ ਰੱਖਾਂਗਾ। ਹਜ਼ਰਤ ਬਿਲਾਲ ਰਜ਼ੀ ਅੱਲਾਹੁ ਤਾਲਾ ਹੋਣੇ ਕਮਲੀ ਵਾਲੇ ਨੂੰ ਆ ਕੇ ਦੱਸਿਆ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਯਹੂਦੀ ਨੇ ਅਫਰ ਕੀਤੀ ਕਿ ਕਰਜ਼ਾ ਮੇਰੇ ਕੋਲੋਂ ਲਿਆ ਕਰੋ। ਮੇਰੇ ਪਾਕ ਪੈਗੰਬਰ ਨੇ ਫਰਮਾਇਆ, ਬਿਲਾਲ ਅਗਰ ਮੁਨਾਸਿਬ ਸਮਝੇ ਤੇ ਲੈ ਲਿਆ ਕਰ। ਹਜ਼ਰਤ ਬਿਲਾਲ ਫਰਮਾਉਂਦੇ ਨੇ ਸੋਚਿਆ ਤੇ ਕਿਉਂ ਸੋਚਿਆ। ਹਜ਼ਰਤ ਬਿਲਾਲ
رضی اللہ عنہ حضور دے اگے ہاتھ جو کے عرض کردے نے یا رسول اللہ صلی اللہ علیہ وسلم اگر تواڈی اجازت ہوے میں چند دن واسطے اتھوں چلا جاواں کچھ کمائی کراں محنت مزدوری کراں کچھ کما کے لے آواں تواڈی محفل تو تواڈی صحبت تو دور جانا بلال دے واسطے کوئی معمولی گل نہیں لیکن گل تواڈی عزت دی آ گئی ہے گل تواڈے ناموس دی آ گئی ہے گل تواڈی عزت دے تحفظ دی آ گئی ہے اس واسطے میں نہیں چاہندا کہ میری وجہ تو تواڈے تے غصے کوئی گل کرے مینوں اجازت دیو میں جاواں کمائی کراں محنت کراں کما کے لے آواں تے یہودی دا بدلا اتار چھڈا آقا علیہ الصلوۃ والسلام نے فرمایا بلال میں تینوں اجازت دتی ہے حضرت بلال رضی اللہ عنہ کہندے نے پوری رات میں روتا رہیا کہ میں حضور تو دور جا رہا ہاں او دیوانا دور جا رہا ہے روتا بیٹھا ہے حضرت بلال رضی اللہ تعالی عنہ دے دل دے اندر او خیال آئے ہون گے ایکو دور سی جس دور دے اندر میرے پیراں تے ہتھاں دے اندر میرا نال آج مینوں ماریا جاندا سی میرے اتنے انگارے رکھے جاندے سن میرے اتنے اوجری تے پتھر دے بڑے بڑے بوجھ رکھے جاندے سن لیکن میں کرما کوئی نہ چھڈیا میں کافراں نوں کیا کہ میں حضور تو دور نہیں آ سکدا تسی جو کرنا کرو لیکن میں اللہ دا نام نہیں چھڈنا اپنے پیغمبر دا نام نہیں چھڈنا کہ آج میں دور جانا پے گیا ہے حضرت بلال کہندے نے صبح دا ٹائم ہویا میں اج ہوں روانہ ہونا وا فجر دی نماز مسجد والے دے پیچھے پڑی تے روندا زار کتار رہیا اے پتہ نہیں نماز آخری نماز کملی والے دے پیچھے نہ بن جائے اس واسطے کہندے نے میں جدوں اتھوں چلیا کملی والے دے دربار تو نکلیا آقا علیہ الصلوۃ والسلام دا خادم تھوڑی دیر تو بعد آواز دیندا ہے او بلال تینوں اتھوں نے واپس بلایا ہے ذرا واپس آ جا اندر
ਸਭ ਤੋਂ ਪਹਿਲਾਂ ਉਹਨੇ
ਪੁੱਛਿਆ ਯਾ ਰਸੂਲ ਅੱਲਾ ਹਜ਼ਰਤ ਆਇਸ਼ਾ ਨੇ ਜਵਾਬ ਕੀ ਦਿੱਤਾ ਹੈ ਹਜ਼ੂਰ ਅਲੈਹਿ ਸਲਾਮ ਨੇ ਜਵਾਬ ਦੱਸਿਆ ਆਇਸ਼ਾ ਨੇ ਮੈਨੂੰ ਪਸੰਦ ਕੀਤਾ ਹੈ ਦੁਨੀਆ ਨੂੰ ਫੋਕਰ ਵਾਰ ਦਿੱਤੀ ਹੈ ਸਾਰੀਆਂ ਬੀਵੀਆਂ ਦੇ ਘਰ ਗਏ ਇੱਕ ਇੱਕ ਬੀਵੀ ਨੇ ਹਜ਼ੂਰ ਨੂੰ ਪੁੱਛਿਆ ਯਾ ਰਸੂਲ ਅੱਲਾ ਆਇਸ਼ਾ ਨੇ ਕੀ ਜਵਾਬ ਦਿੱਤਾ ਹੈ ਜੋ ਜਵਾਬ ਆਇਸ਼ਾ ਦਾ ਉਹੀ ਜਵਾਬ ਸਾਡਾ ਹੋਏਗਾ ਸਾਰੀਆਂ ਬੀਵੀਆਂ ਨੇ ਆਪਣੇ ਮਨ ਨੂੰ ਅਸ਼ਾ ਦੇਵੀ ਨੇ ਬੁਲਾਇਆ ਆਪਾਂ ਇਸ਼ਰਾਤ ਨੂੰ ਸਲਾਮ ਰੱਬ ਨੇ ਇੰਨੀ ਆਸਮਾਨ ਦਾਤਾ